ਪੰਜਾਬ ਅਤੇ ਪੰਜਾਬੀਅਤ ਦੀ ਹਰ ਇੱਕ ਗਤੀਵਿਧੀ ਸੱਤਾ ਅਤੇ ਸਿਆਸਤ ਨਾਲ ਜੁੜੀ ਹਰ ਇੱਕ ਖਬਰ ਲਈ ਹੁਣ ਸਬਸਕ੍ਰਾਈਬ ਕਰੋ ਮਾਲਵਾ ਟਾਈਮਜ਼ ਅਤੇ ਨੋਟੀਫਿਕੇਸ਼ਨ ਦੇ ਲਈ ਬੈਲ ਆਈਕਨ ਤੇ ਕਲਿੱਕ ਕਰੋ ਤਾਂ ਜੋ ਤੁਹਾਨੂੰ ਤਾਜ਼ਾ ਅਪਡੇਟ ਮਿਲ ਸਕੇ। ਵਿਸ਼ਵ ਭਰ ਵਿੱਚ ਕੋਰੋਨਾ ਮਹਾਮਾਰੀ ਦੇ ਨਾਲ ਜਿੱਥੇ ਦੁਨੀਆ ਲੜ ਰਹੀ ਹੈ ਉੱਥੇ ਹਿੰਦੁਸਤਾਨ ਦੀ ਗੱਲ ਕੀਤੀ ਜਾਵੇ ਤਾਂ ਆਏ ਦਿਨ ਕੇਸ ਵੱਧ ਰਹੇ ਹਨ। ਲੌਕਡਾਊਨ ਸ਼ੁਰੂ ਹੋਣ ਤੋਂ ਪਹਿਲਾਂ ਪੰਜਾਬ ਤੋਂ ਮਹਾਰਾਸ਼ਟਰ ਦੇ ਨਾਂਦੇੜ ਸਾਹਿਬ ਵਿਖੇ ਧਾਰਮਿਕ ਸਥਾਨ ਤੇ ਗਏ ਸ਼ਰਧਾਲੂਆਂ ਨੂੰ 1 ਮਹੀਨੇ ਬਾਅਦ ਹੁਣ ਪੰਜਾਬ ਸਰਕਾਰ ਵਾਪਸ ਲਿਆ ਰਹੀ ਹੈ, ਜਿਸ ਤੇ ਸ਼ਰਧਾਲੂਆਂ ਨੇ ਪੰਜਾਬ ਸਰਕਾਰ ਦਾ ਧੰਨਵਾਦ ਕੀਤਾ। ਇਸ ਲੜੀ ਦੇ ਤਹਿਤ ਜਲਾਲਾਬਾਦ ਸਬ ਡਿਵੀਜ਼ਨ ਦੇ 9 ਯਾਤਰੀ ਵਾਪਸ ਪਰਤੇ। ਹਜੂਰ ਸਾਹਿਬ ਨਾਂਦੇੜ ਮਹਾਰਾਸ਼ਟਰ ਤੋਂ ਵਾਪਸ ਆਏ ਸੀ, ਉਹਨਾਂ ਦੇ ਹੁਣ ਟੈਸਟ ਕੀਤੇ ਜਾ ਰਹੇ? ਹਾਂਜੀ, ਸਾਡੇ ਕੋਲ ਜਿਹੜੀ ਹੁਣ ਪੰਜਾਬ ਸਰਕਾਰ ਦੀ ਹਿਦਾਇਤਾਂ ਹੈਗੀਆਂ ਉਹਦੇ ਅਨੁਸਾਰ ਜਿਹੜੇ ਨਾਂਦੇੜ ਸਾਹਿਬ ਤੋਂ ਆ ਰਹੇ ਨੇ ਜਾਂ ਜਿਹੜੇ ਕੋਟਾ ਤੋਂ ਜਿਹੜੇ ਬੱਚੇ ਵਾਪਸ ਆ ਰਹੇ ਨੇ ਆਪਣੇ ਸ਼ਹਿਰ ਨੂੰ ਅਤੇ ਜਿਹੜੇ ਵੀ ਡਿਸਟ੍ਰਿਕਟ ਫਾਜ਼ਿਲਕਾ 'ਚ ਐਂਟਰ ਕਰ ਰਹੇ ਨੇ ਜਾਂ ਸਭ ਮੇਰੇ ਸਬ ਡਿਵੀਜ਼ਨ ਜਲਾਲਾਬਾਦ 'ਚ ਆ ਰਹੇ ਨੇ, ਉਹਨਾਂ ਦੀ ਸੈਂਪਲਿੰਗ ਕਰਨੀ ਅਨਿਵਾਰਿਆ ਬਣਾਈ ਗਈ ਹੈ ਕਿ ਹੋਣੀ ਹੋਣੀ ਹੈ। ਦੂਸਰਾ, ਉਹਨਾਂ ਦਾ ਜਿਹੜਾ ਪ੍ਰਾਇਮਰੀ ਐਕਸ਼ਨ ਕੀ ਹੈਗਾ ਕਿ ਉਹਨਾਂ ਨੂੰ ਜਦੋਂ ਵੀ ਉਹ ਡਿਸਟ੍ਰਿਕਟ ਐਂਟਰ ਕਰਦੇ ਨੇ, ਜਦੋਂ ਸਬ ਡਿਵੀਜ਼ਨ ਐਂਟਰ ਕਰਦੇ ਨੇ, ਸਾਡੇ ਐਡਮਿਨਿਸਟ੍ਰੇਸ਼ਨ ਵੱਲੋਂ ਕੋਵਿਡ ਕੇਅਰ ਸੈਂਟਰਸ ਬਣਾਏ ਗਏ ਨੇ, ਕੁਆਰੰਟਾਈਨ ਸੈਂਟਰ। ਅਲੱਗ ਅਲੱਗ ਸਕੂਲ ਜਾਂ ਕਾਲਜਸ ਪਿਛਲੇ 1.5-2 ਮਹੀਨੇ ਤੋਂ ਉਹਨਾਂ ਦਾ ਚੁਣਾਵ ਹੋਇਆ, ਉਹਨਾਂ ਦਾ ਜਗ੍ਹਾ ਸਿਲੈਕਟ ਹੋਈਆਂ ਨੇ ਅਤੇ ਉਹਨਾਂ ਤੋਂ ਅਸੀਂ ਇੱਕ ਸੈਂਟਰ 'ਤੇ ਅੱਜ ਆਏ ਹਾਂ। ਜਿਹੜੇ ਨਾਂਦੇੜ ਸਾਹਿਬ ਤੋਂ 26 ਤਰੀਕ ਨੂੰ ਜਿਹੜੇ 9 ਆਪਣਾ ਸ਼ਰਧਾਲੂ ਸੀਗੇ, ਪੈਸੰਜਰ ਸੀਗੇ, ਉਹ ਵਾਪਸ ਆਏ ਸੀ, ਉਹਨਾਂ ਨੂੰ ਇੱਥੇ ਲਿਆਇਆ ਗਿਆ ਅਤੇ ਅੱਜ ਮੈਂ ਆਪਣੇ ਨੋਡਲ ਅਫਸਰ ਡਾਕਟਰ ਗੁਰਪ੍ਰੀਤ ਦੇ ਨਾਲ ਇੱਥੇ ਉਹਨਾਂ ਦੀ ਸੈਂਪਲਿੰਗ ਕਰਨ ਵਾਸਤੇ। ਸਰ, ਕਿੰਨੇ ਟੋਟਲ ਕਿੰਨੇ ਆ ਜੀ? ਟੋਟਲ ਜੀ ਇੱਥੇ ਸਾਡੇ ਕੋਲ 9 ਸ਼ਰਧਾਲੂ ਸੀਗੇ ਪੈਸੰਜਰ ਜਿਹੜੇ ਆਏ ਨੇ ਅਤੇ ਉਹਨਾਂ 'ਚੋਂ 8 ਜਣਿਆਂ ਦਾ ਅਸੀਂ ਸੈਂਪਲ ਭਰਿਆ, ਇੱਕ ਬੱਚਾ ਹੈ ਉਹਨਾਂ ਦਾ ਸੈਂਪਲਿੰਗ, ਬੱਚੇ ਦੀ ਸੈਂਪਲਿੰਗ ਅਸੀਂ ਨਹੀਂ ਕੀਤੀ। 8 ਦੀ ਰਿਪੋਰਟ ਆਏਗੀ, ਉਸ ਤੋਂ ਬਾਅਦ ਅੱਗੇ ਜੋ ਕੀ ਪਲਾਨ ਆਫ ਐਕਸ਼ਨ ਹੋਏਗਾ ਉਹਦੇ ਅਕੋਰਡਿੰਗ ਚੱਲਣਾ। ਇਹ ਰਿਪੋਰਟ ਕਦੋਂ ਤੱਕ ਆ ਸਕਦੀ? ਰਿਪੋਰਟ ਦੀ ਅਸੀਂ ਕਿਉਂਕਿ ਵਿਦ ਟਾਈਮ ਸੈਂਪਲ ਦੀ ਜਿਹੜੀ ਰਿਪੋਰਟਿੰਗ ਦੀ ਕਪੈਸਿਟੀ ਸਾਡੀ ਇਨਕਰੀਜ਼ ਹੋ ਰਹੀ ਹੈ ਸਟੇਟ ਦੀ, ਬਟ ਉਹ ਸੈਂਪਲਸ ਨੂੰ ਟਰਾਈਜ ਕੀਤਾ ਜਾਂਦਾ ਕੋਈ ਪ੍ਰਾਇਰਟੀ ਬੇਸ ਦੇ ਉੱਤੇ, ਕਿਹੜਾ ਸੈਂਪਲ ਪਹਿਲਾਂ ਟੈਸਟਿੰਗ ਹੋਏਗਾ, ਕਿਹੜੇ ਸੈਂਪਲ ਨੂੰ ਅਸੀਂ ਪੂਲ ਦੇ ਵਿੱਚ ਹੈਗੇ ਨੇ ਅਤੇ ਉਹ ਰੈਂਡਮ ਸੈਂਪਲਿੰਗ ਬਾਅਦ 'ਚੋਂ ਹੁੰਦੀ ਹੈ। ਫਿਰ ਵੀ ਅਸੀਂ ਅਗਰ ਅੰਦਾਜ਼ਾ ਟਾਈਮ ਲੈ ਕੇ ਚੱਲੀਏ ਵਿਦਇਨ 48 ਆ ਸਾਡੇ ਕੋਲ ਸੈਂਪਲ ਦੀ ਰਿਪੋਰਟ ਆ ਜਾਂਦੀ ਹੈ। ਠੀਕ ਹੈ।